ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਪਥਰਾਲਾ ਦੇ ਦੋ ਬੱਚੇ ਜੋ GFI ਵੱਲੋਂ ਨੈਸ਼ਨਲ ਚੈਂਪੀਅਨ ਕਰਵਾਈ ਗਈ ਸੀ, ਉਸ ਵਿੱਚ ਪਥਰਾਲਾ ਪਿੰਡ ਦੇ ਦੋ ਬੱਚਿਆਂ ਨੇ ਭਾਗ ਲਿਆ ਸੀ। ਇੱਕ ਬੇਟੀ ਹੈ, ਇੱਕ ਬੱਚਾ, ਅਤੇ ਬੇਟੀ ਦੀ ਉਮਰ 14 ਸਾਲ ਹੈ, ਬੱਚੇ ਦੀ ਉਮਰ ਏਕਨੂਰ ਸਿੰਘ ਦੀ 11 ਸਾਲ ਹੈ। ਇਹਨਾਂ ਨੇ ਦੋਨਾਂ ਨੇ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਿਆ ਸੀ ਅਤੇ ਪਹਿਲਾ ਸਥਾਨ ਹਾਸਲ ਕਰਕੇ ਦੋਵਾਂ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਫਿਰੀ ਸੋਟੀ ਦੇ ਵਿੱਚ ਮੁਕਾਬਲਾ ਹੋਇਆ ਸੀਗਾ। ਆਪਣੇ ਨਾਲ ਗੁਰੂ ਘਰ ਦੀ ਕਮੇਟੀ ਅਤੇ ਗੱਤਕਾ ਕੋਚ ਬਾਬਾ ਜਗਵੀਰ ਸਿੰਘ ਜੀ ਮੌਜੂਦ ਨੇ, ਨਾਲ ਕਲੱਬ ਪ੍ਰਧਾਨ ਬਾਬਾ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਜੀ ਮੌਜੂਦ ਨੇ। ਅੱਜ ਉਹ ਬੱਚਿਆਂ ਨੂੰ ਇਸ ਖੁਸ਼ੀ ਦੇ ਵਿੱਚ ਗੋਲਡ ਮੈਡਲ ਲੈਣ ਦੀ ਖੁਸ਼ੀ ਦੇ ਵਿੱਚ ਸਨਮਾਨ ਕਰਦੇ ਹਾਂ ਆਪਾਂ ਬਾਬਾ ਜੀ ਨਾਲ ਗੱਲ ਅਤੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਆਓ ਸਾਨੂੰ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਜੀ ਠੀਕ ਠਾਕ ਹੋ? ਵਧੀਆ ਜੀ, ਵਧੀਆ। ਬਾਬਾ ਜੀ, ਅੱਜ ਸਾਨੂੰ ਪਤਾ ਲੱਗਿਆ ਵੀ ਜਿਹੜੇ ਤੁਹਾਡੇ ਬੱਚੇ ਆ ਜਿਹਨਾਂ ਤੁਸੀਂ ਕੋਚਿੰਗ ਦੇ ਰਹੇ ਹੋ ਗੱਤਕੇ ਦੀ, ਹਾਂਜੀ, ਅਤੇ ਦੋਵੇਂ ਬੱਚਿਆਂ ਨੇ ਇੱਕ ਅੰਡਰ 14 ਸਾਲ ਦੀ ਜੋ ਖੇਡ ਰਹੀ ਸੀ ਬੱਚੀ, ਇੱਕ ਏਕਨੂਰ ਸਿੰਘ 11 ਸਾਲ ਬੱਚਾ, ਜੋ ਉਹਨਾਂ ਨੇ ਫਰੀ ਸੋਟੀ ਦੇ ਵਿੱਚ ਫਸਟ ਮੁਕਾਬਲਾ ਹਾਸਲ ਕਰਕੇ ਅਤੇ ਗੋਲਡ ਮੈਡਲ ਮਿਲਿਆ, ਕਿੰਨੀ ਕੁ ਖੁਸ਼ੀ ਹੈ ਜੀ? ਬਹੁਤ ਖੁਸ਼ੀ ਹੈ ਜੀ, ਮਾਣ ਵਾਲੀ ਗੱਲ ਹੈ ਪਿੰਡ ਵਾਸਤੇ ਜੀ, ਕਿਉਂਕਿ ਬੱਚੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਸੀਗੇ, ਸਿੱਖ ਰਹੇ ਨੇ ਇੱਥੇ, ਅਤੇ ਇਸ ਵਾਰ ਇਹਨਾਂ ਨੂੰ ਅੱਗੇ ਜਾਣ ਦਾ ਮੌਕਾ ਮਿਲੇ। ਪਿਛਲੀ ਵਾਰ ਵੀ ਬੱਚੇ ਗਏ ਸੀਗੇ ਜੀ ਖੇਡਾਂ, ਮਤਲਬ ਪੰਜਾਬ ਦੀਆਂ ਵਿੱਚੋਂ ਵੀ ਬੱਚੇ ਜਿਹੜੇ ਪਿਛਲੇ ਜਿਹੜੇ ਆਪਣੇ ਦੋ ਗੋਲਡ ਮੈਡਲ ਆਏ ਸੀਗੇ ਜੀ, ਅਤੇ ਇਸ ਵਾਰ ਬੱਚਿਆਂ ਨੂੰ ਜਿਹੜਾ ਨੈਸ਼ਨਲ ਤੌਰ 'ਤੇ ਜਾਣ ਦਾ ਮੌਕਾ ਮਿਲਿਆਗਾ ਜੀ। ਸੋ ਐਤਕੀ ਇਹ ਨੈਸ਼ਨਲ ਦੇ ਵਿੱਚੋਂ ਜਿਹੜਾ ਬੱਚੇ ਨੇ ਗੋਲਡ ਮੈਡਲ ਲੈ ਕੇ ਆਏ ਨੇ, ਅੰਡਰ 14 ਦੇ ਵਿੱਚ ਵੀ ਜਿਹੜਾ ਹੈਗਾ ਬੱਚੇ ਦਾ ਗੋਲਡ ਹੈਗਾ, ਅਤੇ ਅੰਡਰ 11 ਦੇ ਵਿੱਚ ਵੀ ਏਕਨੂਰ ਸਿੰਘ ਹੈਗਾ, ਉਹਦਾ ਗੋਲਡ ਮੈਡਲ ਹੈਗਾ। ਇਹ ਬਾਬਾ ਜਿਹੜੀ ਅੰਡਰ 14 'ਚ ਬੇਟੀ ਗਈ ਸੀ ਉਹਦਾ ਕੀ ਨਾਮ ਆ ਜੀ? ਕਮਲਪ੍ਰੀਤ ਕੌਰ, ਉਹਦਾ ਕਮਲਪ੍ਰੀਤ ਕੌਰ, ਉਹਨੇ ਵੀ ਗੋਲਡ ਮੈਡਲ ਲੈ ਲਿਆ। ਹਾਂਜੀ, ਉਹਨੇ ਵੀ ਗੋਲਡ ਮੈਡਲ ਹਾਸਲ ਕੀਤਾ ਹੈਗਾ। ਠੀਕ ਹੈ ਜੀ, ਅਤੇ ਇਹ ਬੱਚੀ ਪਹਿਲਾਂ ਵੀ ਜਿਹੜਾ ਗੇਮਾਂ ਦੇ ਵਿੱਚ ਜਦੋਂ ਜਾਂਦੇ ਨੇ ਪਹਿਲਾਂ ਵੀ ਇਹਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈਗੀ। ਠੀਕ ਹੈ ਜੀ, ਅਤੇ ਬਾਬਾ ਜੀ ਤੁਸੀਂ ਕੋਚਿੰਗ ਫਿਰ ਉਹਨੂੰ ਗੁਰੂ ਘਰ ਦੇ ਵਿੱਚ ਹੀ ਦੇ ਰਹੇ ਹੋ? ਹਾਂ, ਕੋਚਿੰਗ ਆਪਾਂ ਇੱਥੇ ਹੀ ਦਿੰਦੇ ਆਪਣੇ ਅੰਦਰਲਾ ਗੁਰਦੁਆਰਾ ਸਾਹਿਬ ਪਥਰਾਲੇ ਦੇ ਵਿੱਚ ਜੀ, ਇੱਥੇ ਹੀ ਕੋਚਿੰਗ ਦਿੱਤੀ ਜਾਂਦੀ ਹੈ। ਲਗਭਗ ਪਿਛਲੇ 12-13 ਸਾਲ ਤੋਂ ਜਿਹੜੀ ਇੱਥੇ ਇਹਨਾਂ ਬੱਚਿਆਂ ਨੂੰ ਹੈਗਾ ਜਿਹੜਾ ਕੋਚਿੰਗ ਦਿੱਤੀ ਜਾ ਰਹੀ ਹੈ। ਅਤੇ ਫਿਰ ਫ੍ਰੀ ਆਫ ਕੋਸਟ ਆ ਜੀ ਕਿ ਕੋਈ ਫੀਸ? ਫ੍ਰੀ ਫ੍ਰੀ ਦਿੱਤੀ ਜਾਂਦੀ ਹੈ। ਠੀਕ ਹੈ ਬਾਬਾ, ਕੀ ਟਾਈਮ ਆ ਬੱਚਿਆਂ ਦੇ? ਮੰਨ ਵੀ ਇਹ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਦੇ ਤੱਕ ਹੈਗਾ, ਮੰਨ ਵੀ ਗੱਤਕੇ ਦੀ ਕਲਾਸ ਵੀ ਲੱਗਦੀ ਹੈ ਨਾ ਬੱਚਿਆਂ ਦੀ ਜੀ, ਅਤੇ ਨਾਲ ਜਿਹੜਾ ਗੁਰਬਾਣੀ ਸੰਥਿਆ ਉਹ ਵੀ ਕਰਵਾਈ ਜਾਂਦੀ ਹੈਗੀ ਜੀ। ਬਾਬਾ ਜੀ, ਕਿੰਨੇ ਬੱਚੇ ਹੋ ਜਾਂਦੇ ਆ? ਕਿੰਨੀਆਂ ਬੇਟੀਆਂ, ਕਿੰਨੇ ਬੇਟੇ ਹੋ ਜਾਂਦੇ ਤੁਹਾਡੇ ਕੋਲ ਜੋ ਕੋਚਿੰਗ ਲੈ ਰਹੇ ਇਸ ਟਾਈਮ? ਸਾਡੇ ਕੋਲ ਲਗਭਗ 8-10 ਦੇ ਕਰੀਬ ਤਾਂ ਲੜਕੀਆਂ ਨੇ ਇੱਥੇ ਨੂੰ ਕੋਚਿੰਗ ਲੈ ਰਹੀਆਂ ਨੇ ਜੀ, ਅਤੇ ਬਾਕੀ 15-17 ਦੇ ਕਰੀਬ ਜਿਹੜੇ ਲੜਕੇ ਹੈਗੇ ਨੇ ਜਿਹੜੇ ਕੋਚਿੰਗ ਲੈ ਰਹੇ ਨੇ, ਅਤੇ ਨਾਲ ਦਾ ਪਿੰਡ ਆਪਣੇ ਰੋਲਦੂ ਵਾਲਾ ਹੈਗਾ ਹੈਗਾ, ਉੱਥੇ ਵੀ ਬੱਚਿਆਂ ਦੀ ਕਲਾਸ ਚੱਲਦੀ, ਉੱਥੋਂ ਦੇ ਵੀ ਬੱਚੇ ਹੈਗੇ 8-10 ਕਰੀਬ ਉੱਥੋਂ ਬੱਚੇ। ਬਾਬੇ ਫਿਰ ਚੱਕ ਰੋਲਦੂ ਸਿੰਘ ਵਾਲੇ ਤੁਸੀਂ ਉੱਥੇ ਜਾਂਦੇ ਹੋ ਕਿ ਬੱਚੇ ਇੱਥੇ ਆਉਂਦੇ ਆ? ਉਹਨਾਂ ਨੂੰ ਉੱਥੇ ਸਿਖਾ ਕੇ ਆਉਣੇ? ਅੱਛਾ, ਉੱਥੇ? ਹਾਂ, ਫਰੀ ਸੇਵਾ ਜੀ ਉੱਥੇ? ਹਾਂ, ਉੱਥੇ ਫਰੀ ਹੈ। ਬਹੁਤ ਵੱਡੀ ਸੇਵਾ ਜੀ ਤੁਹਾਡੀ ਇਹ। ਅਤੇ ਬਾਬਾ ਜੀ ਫਿਰ ਟਾਈਮ ਸ਼ਾਮ ਦਾ ਰੱਖਿਆ ਕਿ ਸਵੇਰ ਦਾ ਰੱਖਿਆ? ਉਹ ਸ਼ਾਮ ਦਾ ਟਾਈਮ ਆ ਜੀ, ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਦਾ। ਠੀਕ ਹੈ ਜੀ, ਅਤੇ ਬਾਬਾ ਜੀ ਜਦੋਂ ਪਿੰਡਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਆ ਉਹ ਫਿਰ ਪ੍ਰੋਗਰਾਮ ਵੀ ਬੁੱਕ ਕਰਦੇ ਹੋ ਲਾਉਣੇ? ਹਾਂ, ਉੱਥੇ ਵੀ ਜਾ ਕੇ ਆਉਣੇ ਆ, ਉਹ ਵੀ ਜਿਹੜੇ ਮੰਨ ਲਾ ਵੀ ਬੱਚੇ ਹੁਣ ਖੇਡ ਕੇ ਆਉਂਦੇ ਹੈਗੇ, ਇਹ ਖੇਡਣ ਜਾਂਦੇ ਨੇ ਨਗਰ ਕੀਰਤਨਾਂ ਦੇ ਉੱਪਰ, ਉਹ ਜਿਹੜੀ ਕੋਈ ਭੇਟ ਆ ਉੱਥੋਂ ਹਾਸਲ ਹੁੰਦੀ ਹੈਗੀ, ਉਹ ਜਿਹੜੀ ਮੰਨ ਲਾ ਵੀ ਇੱਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਜਿਵੇਂ ਹੁਣ ਬੱਚੇ ਖੇਡ ਕੇ ਆਏ ਨੇ ਜਾਂ ਖੇਡਾਂ ਮਤਲਬ ਪੰਜਾਬ ਦੇ ਵਿੱਚ ਖੇਡਣ ਜਾਣਗੇ ਜਾਂ ਹੋਰ ਕੋਈ ਗੇਮਾਂ ਹੁੰਦੀਆਂ ਨੇ, ਉਹ ਜਿਹੜਾ ਮਤਲਬ ਵੀ ਧਨ ਰਾਸ਼ੀ ਜੋ ਵੀ ਉੱਥੋਂ ਇਕੱਠਾ ਹੁੰਦਾ ਹੈਗਾ ਜਾਂ ਇਹਨਾਂ ਦੇ ਜਿਹੜੇ ਸ਼ਸਤਰ ਨੇ ਜਾਂ ਇਹਨਾਂ ਦੇ ਕੋਈ ਵਰਦੀ ਹੈਗੀ ਬਣਾਉਣੀ ਹੈਗੀ ਜਾਂ ਇਸ ਤਰ੍ਹਾਂ ਦਾ ਕੋਈ ਖਰਚਾ ਪਾਣੀ ਹੁੰਦਾ ਹੈਗਾ, ਉਹ ਉੱਥੇ ਮਤਲਬ ਵੀ ਖਰਚ ਕਰ ਦਿੱਤੇ ਜਾਂਦੇ ਹੈਗੇ। ਬਾਬਾ ਜੀ, ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦੇ ਰਹੇ ਹੋ? ਹਾਂਜੀ। ਫਿਰ ਗੁਰੂ ਘਰ ਦੀ ਕਮੇਟੀ ਦਾ ਕੀ ਸਹਿਯੋਗ ਹੈ ਜੀ?
ਲਗਭਗ ਪਿਛਲੇ ਮੈਂ ਗੱਲ ਕੀਤੀ ਵੀ 12-13 ਸਾਲ ਤੋਂ ਇੱਥੇ ਆਪਾਂ ਜਿਹੜਾ ਗਾ ਕਲਾਸ ਲਾ ਰਹੇ ਹੈਗੇ ਤੇ ਇੱਥੇ ਜਿਹੜੇ ਵੀਰ ਨੇ ਆਪਣੇ ਅੰਦਰਲਾ ਗੁਰਦੁਆਰਾ ਸਾਹਿਬ ਦੇ ਜੋ ਸੇਵਾਦਾਰ ਨੇ ਜਾਂ ਕਮੇਟੀ ਹੈਗੀ ਲਗਭਗ ਉਦੋਂ ਤੋਂ ਲੈ ਕੇ ਹੀ ਜਿਹੜਾ ਸਾਡਾ ਸਾਥ ਨੇ ਦੇ ਰਹੇ ਨੇ ਤੇ ਉਹਨਾਂ ਦਾ ਕਰਕੇ ਜਿਹੜਾ ਗਾ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਜਿਹੜਾ ਬੱਚੇ ਇੱਥੋਂ ਤੱਕ ਗਏ ਨੇ। ਬਾਕੀ ਇੱਥੋਂ ਜਿਹੜੀ ਆਪਣਾ ਦਰਬਾਰ ਸਾਹਿਬ ਦੀ ਆਪਾਂ ਗੱਲ ਕਰੀਏ ਜਾਂ ਆਪਣੇ ਲੰਗਰ ਹਾਲ ਦੀ ਸੇਵਾ ਉਹ ਵੀ ਚੱਲ ਰਹੀ ਹੈਗੀ, ਉਹ ਵੀ ਬਹੁਤ ਵਧੀਆ ਤਰੀਕੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਤੇ ਆਪਣੇ ਕਮੇਟੀ ਦੇ ਨਾਲ ਉਹ ਵੀ ਇੱਥੇ ਚੱਲ ਰਹੀ ਹੈ। ਤੇ ਨਾਲ ਜਿਹੜਾ ਜ਼ਰੂਰੀ ਹੁੰਦਾ ਗਾ ਆਪਾਂ ਕਈ ਵਾਰ ਕੀ ਕਰਦੇ ਹਾਂਗੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੱਲੀ ਇਮਾਰਤ ਤਾਂ ਖੜੀ ਹੁੰਦੀ ਹੈ ਪਰ ਉੱਥੇ ਪ੍ਰਚਾਰ ਦਾ ਕੋਈ ਸਾਧਨ ਨਹੀਂ ਹੁੰਦਾ ਗਾ ਜੀ। ਪਰ ਆਪਣੇ ਇੱਥੇ ਕੀ ਹੈਗਾ, ਇੱਥੇ ਜਿਵੇਂ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ ਜਾਂ ਪ੍ਰਚਾਰ ਦੇ ਜਦੋਂ ਵੀ ਕੋਈ ਉਪਰਾਲਾ ਹੁੰਦਾ ਗਾ, ਅੱਜ ਵੀ ਹੋਣਾ ਗਾ, ਅੱਜ ਵੀ ਕਥਾਵਾਚਕ ਆਏ ਸੀ ਇੱਥੇ ਕਥਾ ਕਰਕੇ ਗਏ ਨੇ, ਹੋਰ ਵੀ ਜਦੋਂ ਵੀ ਕੋਈ ਮੌਕਾ ਮਿਲਦਾ ਹੈਗਾ ਇੱਥੇ ਪ੍ਰਚਾਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈਗਾ। ਇੱਥੇ ਬੱਚਿਆਂ ਦੀ ਖਾਸ ਤੌਰ 'ਤੇ ਜਿਹੜੀ ਗੱਲ ਹੁੰਦੀ ਹੈਗੀ ਵੀ ਜਿਹੜੀ ਕਲਾਸ ਲਾਉਣੀ ਹੈ ਬੱਚਿਆਂ ਨੂੰ, ਜਿਹੜਾ ਗੁਰਬਾਣੀ ਬਾਰੇ ਦੱਸਣਾ ਹੈਗਾ ਜਾਂ ਆਪਣੇ ਸਿੱਖ ਇਤਿਹਾਸ ਬਾਰੇ ਦੱਸਣਾ ਹੈਗਾ, ਉਹ ਸਾਰੀਆਂ ਚੀਜ਼ਾਂ ਵੀ ਆਪਾਂ ਇੱਥੇ ਕਰਦੇ ਹਾਂਗੇ, ਉਹ ਪ੍ਰਚਾਰ ਦੇ ਜਿਹੜੇ ਸਾਧਨ ਨੇ ਉਹ ਸਾਰੇ ਆਪਾਂ ਇੱਥੇ ਵਰਤਦੇ ਹਾਂਗੇ, ਉਹ ਪ੍ਰਚਾਰ ਵੀ ਇੱਥੇ ਕੀਤਾ ਜਾਂਦਾ ਹੈਗਾ। ਬਾਬਾ ਜੀ ਸਵੇਰੇ ਅਸੀਂ ਸੁਣਦੇ ਹਾਂ ਪਿੰਡ ਦੇ ਵਿੱਚ ਕਥਾ ਕਰਦੇ, ਤੁਸੀਂ ਕਥਾ ਕਰਦੇ ਨਹੀਂ? ਹਾਂ, ਕਥਾ ਵੀ ਅਸੀਂ ਸੇਵਾ ਇੱਥੇ ਕਰੀ ਜਾਂਦੇ, ਜਿਹਨੇ ਇੱਕ ਗੁਰੂ ਸਾਹਿਬ ਨੇ ਸਮੱਤ ਬਖਸ਼ੀ ਹੈਗੀ ਜੀ, ਉਹ ਨਕਸ਼ਬਾ ਚਲੋ। ਬਾਬੇ ਕਿੰਨੇ ਗ੍ਰੰਥ ਸਿੰਘ ਹੋ ਗੁਰੂ ਘਰ ਦੇ ਵਿੱਚ? ਇੱਥੇ ਆਪਣੇ ਦੋ ਗ੍ਰੰਥੀ ਸਿੰਘ ਹੈ। ਠੀਕ ਹੈ ਜੀ। ਹਾਂ, ਤੇ ਇੱਕ ਬਾਬਾ ਧਰਮ ਸਿੰਘ ਜੀ ਨੇ ਜਿਹੜੇ ਕਿ ਇੱਥੇ ਸੇਵਾ ਨਿਭਾ ਰਹੇ ਨੇ ਮੇਰੇ ਨਾਲ, ਠੀਕ ਹੈ, ਉਹ ਵੀ ਸਹਿਯੋਗ ਕਰ ਰਹੇ ਨੇ ਇੱਥੇ। ਜਦੋਂ ਮੰਨ ਲਾ ਵੀ ਕੋਈ ਨਾ ਕੋਈ ਕੰਮ ਹੋ ਜਾਂਦਾ, ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ ਹੈਗਾ ਜਾਂ ਕੋਈ ਹੋਰ ਅੰਦਰ ਬਾਹਰ ਜਾਣਾ ਹੁੰਦਾ, ਉਦੋਂ ਉਹ ਸੇਵਾ ਨਿਭਾ ਦਿੰਦੇ ਹੈਗੇ ਇੱਥੇ। ਠੀਕ ਹੈ ਬਾਬਾ ਜੀ, ਗੁਰੂ ਘਰ ਨੂੰ ਫਿਰ ਕੀ ਆਮਦਨ ਹੈ? ਆਮਦਨ ਜੀ, ਤੁਸੀਂ ਮੈਨੂੰ ਦੱਸਿਆ ਵੀ ਲੰਗਰ ਹਾਲ ਦਾ ਵੀ ਕਾਰ ਸੇਵਾ ਚੱਲੀ ਜਾਂਦੀ ਹੈ, ਹਨਾ, ਹੋਰ ਵੀ ਕਈ ਸੇਵਾ ਚੱਲੀ ਜਾਂਦੀ ਹੈ, ਕਾਰ ਸੇਵਾ ਚੱਲੀ ਹੈ ਗੁਰੂ ਘਰ ਦੇ ਵਿੱਚ, ਫਿਰ ਮੇਨ ਆਮਦਨ ਕੀ ਹੈ ਗੁਰੂ ਘਰ ਦੀ? ਮੇਨ ਆਮਦਨ ਤਾਂ ਇੱਥੇ ਉਂਝ ਤਾਂ ਚਲੋ ਜੋ ਪ੍ਰੋਗਰਾਮ ਹੈ ਇਹ ਲੋਕਲ ਹੈ ਨਗਰ ਦੇ ਵਿੱਚੋਂ, ਹੈਗੇ ਜੋ ਖੁਸ਼ੀ ਗਮੀ ਦਾ ਜੋ ਵੀ ਹੁੰਦਾ ਹੈਗਾ ਜੀ, ਉਹ ਇੱਥੇ ਹੁੰਦਾ ਹੈਗਾ। ਬਾਕੀ ਜਿਹੜਾ ਹੈਗਾ ਨਗਰ ਵੱਲੋਂ ਹਰ ਸਾਲ ਇੱਕ ਬਾਸ਼ ਪਾਈ ਜਾਂਦੀ ਹੈਗੀ ਜੀ, ਜਿਹੜਾ ਹੈਗਾ ਇਮਾਰਤ ਦੀ ਉਸਾਰੀ ਵਾਸਤੇ ਲੰਗਰ ਹਾਲ ਦੀ ਸੇਵਾ ਹੈਗੀ, ਉਹਦੇ ਵਾਸਤੇ ਵੀ ਜਿਹੜਾ ਹੈਗਾ 200-200 ਰੁਪਈਆ ਹੈਗਾ ਜਿਹੜਾ ਹਰੇਕ ਘਰ ਮਗਰ ਪਾਇਆ ਸੀ ਕਿੱਲੇ ਮਗਰ, ਉਹ ਵੀ ਬਾਸ਼ ਲਗਭਗ ਸਾਰੇ ਨਗਰ ਨੇ ਖੁਸ਼ੀ ਨਾਲ ਦਿੱਤੀ ਹੈਗੀ। ਬਹੁਤ ਵਧੀਆ ਸਹਿਯੋਗ ਹੈ ਜਿਹੜਾ ਸਾਰੇ ਨਗਰ ਨੇ ਦਿੱਤਾ ਹੈਗਾ। ਆਪਣੇ ਦਰਬਾਰ ਸਾਹਿਬ ਦੀ ਸੇਵਾ ਹੋਈ ਸੀ ਉਦੋਂ ਵੀ ਸਾਰੇ ਨਗਰ ਨੇ ਸਹਿਯੋਗ ਕੀਤਾ ਸੀਗਾ ਜੀ, ਤੇ ਸਾਰਾ ਨਗਰ ਲਗਭਗ ਸਹਿਯੋਗ ਦਿੰਦਾ ਹੈਗਾ, ਉਹ ਜਿਹੜੀ ਆਪਾਂ ਬਾਸ਼ ਪਾਉਣੇ ਹੈਗੇ ਭਾਵੇਂ ਕਿਸੇ ਪਾਸੋਂ ਮਰਜ਼ੀ ਹੋਵੇ ਦੇ ਕਾਰਨ ਹੀ ਮੰਨ ਗਏ ਡਿਗਣਾ ਇਮਾਰਤਾਂ ਦੇ ਗੁਰੂ ਘਰ। ਹਾਂ, ਬਾਬਾ ਜੀ ਮੇਨ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਨਵੀਂ ਮੜੀਰ ਹੈ ਮੁੰਡੇ ਆ, ਹਨਾ, ਜੇ ਬੱਚੇ ਬੱਚੀਆਂ ਕਈ ਕੁਛ ਪਰਸੈਂਟ ਗਲਤ ਕਰਾਹੇ ਪੈ ਗਏ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਦੇਖੋ ਜਿਹੜਾ ਅੱਜ ਦਾ ਸਮਾਂ ਨਾ ਗੰਭੀਰ ਸਮਾਂ ਚੱਲੀ ਜਾਂਦਾ ਹੈਗਾ ਜੀ, ਜੇ ਆਪਾਂ ਗੱਲ ਕਰੀਏ ਨਸ਼ੇ ਦੇ ਦੌਰ ਦੇ ਵਿੱਚ ਅੱਜ ਸਾਡੇ ਕੋਲ ਸਭ ਤੋਂ ਵਧੀਆ ਸਾਧਨ ਹੈ ਜੇਕਰ ਨਸ਼ਿਆਂ ਨੂੰ ਰੋਕਣ ਦਾ, ਉਹ ਪਹਿਲੀ ਗੱਲ ਤਾਂ ਹੈਗੀ ਹੈ ਖੇਡ ਹੈਗੀ। ਤੁਸੀਂ ਖੇਡ ਦੇ ਗਰਾਊਂਡ ਦੇ ਵੱਲ ਹੈ ਜਿਹੜਾ ਬੱਚਿਆਂ ਨੂੰ ਤੋਰੋ, ਭਾਵੇਂ ਉਹ ਗੱਤਕ ਹੈਗਾ ਭਾਵੇਂ ਕਬੱਡੀ ਹੈਗੀ ਕੋਈ ਵੀ ਗੇਮ ਹੈਗੀ ਜੀ, ਤੁਸੀਂ ਉਸ ਗੇਮ ਦੇ ਵੱਲ ਜਿਹੜੇ ਪਹਿਲਾਂ ਤੋਂ ਹੀ ਬੱਚਿਆਂ ਨੂੰ ਪਾਓ ਜਾਂ ਨੌਜਵਾਨ ਵੀਰ ਨੇ ਜਿਹੜੇ ਉਹ ਵੀ ਗੇਮ ਵੱਲ ਪ੍ਰੇਰਿਤ ਹੋਣ। ਦੂਸਰੀ ਗੱਲ ਕੀ ਹੈ ਕਿ ਤੁਸੀਂ ਜਿਹੜਾ ਆਪਣਾ ਤੁਹਾਡਾ ਜਿਹੜਾ ਹੈਗਾ ਨਾ ਵਿਰਸਾ ਹੈਗਾ, ਮਨ ਆਪਣੇ ਹੁਣ ਆਪਾਂ ਗੱਤਕੇ ਦੀ ਗੱਲ ਕਰਦੇ ਹਾਂ, ਇੱਕ ਵਿਰਸੇ ਦੀ ਗੇਮ ਹੈਗੀ ਜੀ, ਜਾਂ ਗੁਰਬਾਣੀ ਪੜ੍ਹਨੀ ਹੈਗੀ, ਆਪਾਂ ਗੁਰਬਾਣੀ ਤੋਂ ਦੂਰ ਹੋ ਗਏ ਤਾਂ ਹੀ ਜਿਹੜਾ ਹੈਗਾ ਅੱਜ ਸਾਡੇ ਘਰਾਂ ਦੇ ਵਿੱਚ ਜਿਹੜੇ ਨਸ਼ੇ ਨੇ ਉਹ ਬੜੇ ਹੋਏ ਨੇ। ਇਹਦਾ ਮੇਨ ਕਾਰਨ ਇਹੀ ਹੈ ਜਿਹੜਾ ਅਸੀਂ ਗੁਰਬਾਣੀ ਤੋਂ ਟੁੱਟ ਗਏ ਜੀ, ਜੇ ਅਸੀਂ ਆਪਣੇ ਮੂਲ ਨਾਲ ਜੁੜਾਂਗੇ ਤਾਂ ਜਿਹੜੇ ਨਸ਼ੇ ਨੇ ਨਸ਼ਿਆਂ ਤੋਂ ਵੀ ਛੁਟਕਾਰਾ ਪਾ ਲਵਾਂਗੇ, ਪਰ ਜੇ ਅਸੀਂ ਆਪਣੇ ਮੂਲ ਨਾਲੋਂ ਦੂਰ ਹੋਣ ਲੱਗ ਗਏ ਤੇ ਉੱਥੇ ਕੀ ਹੈਗਾ ਅਸੀਂ ਜਿਹੜਾ ਹੈਗਾ ਜਦੋਂ ਗੁਰੂ ਤੋਂ ਦੂਰ ਹੋ ਗਏ ਫਿਰ ਅਸੀਂ ਵਿਪਤਾ ਦੇ ਵਿੱਚ ਹੀ ਪਵਾਂਗੇ। ਵੱਡੀ ਗੱਲ ਕੀ, ਅਸੀਂ ਜਿਹੜਾ ਹੈਗਾ ਗੁਰੂ ਦਾ ਲਾੜਾ ਜਿਹੜਾ ਛੱਡ ਦਿੱਤਾ ਹੈਗਾ। ਸੋ ਆਪਾਂ ਨੂੰ ਕੀ ਹੈਗਾ ਨੌਜਵਾਨਾਂ ਨੂੰ, ਨੌਜਵਾਨ ਪੀੜ੍ਹੀ ਹੈ ਜਿਹੜੀ, ਉਹਨੂੰ ਕੀ ਹੈਗਾ
ਗੁਰੂ ਘਰ ਵੱਲ ਗੁਰਬਾਣੀ ਵੱਲ ਜਿਹੜਾ ਪ੍ਰੇਰਿਤ ਕਰਨਾ ਪਵੇਗਾ, ਫਿਰ ਜਿਹੜਾ ਅਸੀਂ ਨਸ਼ਿਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂਗੇ, ਫਿਰ ਜੇ ਹੱਕਾਂ ਦੀ ਗੱਲ ਕਰਨੀ ਹੋਵੇ ਤਾਂ ਉਹ ਵੀ ਅਸੀਂ ਕਰ ਸਕਦੇ ਹਾਂ ਜੀ। ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ। ਸੰਗਤ ਜੀ ਆਪਾਂ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੁਣ ਆਪਣੇ ਨਾਲ ਬਾਬਾ ਨਿਰਮਲ ਸਿੰਘ ਜੀ ਖਾਲਸਾ ਜੋ ਗੁਰੂ ਘਰ ਦੀ ਕਮੇਟੀ ਦੇ ਮੈਂਬਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਖਾਲਸਾ। ਹੋਰ ਜੀ ਠੀਕ ਹੋ? ਬਹੁਤ ਵਧੀਆ ਜੀ, ਚਲੋ ਸ਼ੁਕਰ ਹੈ ਜੀ ਪਰਮਾਤਮਾ ਦਾ। ਬਾਬਾ ਜੀ ਕਿਵੇਂ ਚੱਲ ਰਿਹਾ ਗੁਰੂ ਘਰ ਦਾ ਪ੍ਰਬੰਧ? ਪ੍ਰਬੰਧ ਇੱਥੇ ਜੀ ਬਹੁਤ ਵਧੀਆ ਚੱਲ ਰਿਹਾ, ਨਾ ਕੋਈ ਇੱਥੇ ਜਾਤ ਦਾ ਨਾ ਕੋਈ ਪਾਤ ਦਾ ਜੀ, ਸਾਰੇ ਨਗਰ ਦਾ ਏਕਤਾ ਬਹੁਤ ਵਧੀਆ ਜੀ, ਵਿੱਚ ਬਥੇਰੇ ਆਉਂਦੇ ਇੱਥੇ ਪਾਰਟੀਆਂ ਬਣਾਉਣ ਵਾਲੇ, ਪਰ ਵਾਹਿਗੁਰੂ ਦੀ ਕਿਰਪਾ ਇੱਥੇ ਜੀ ਸਾਰਾ ਨਗਰ ਸਾਡਾ ਜੁੜਿਆ ਹੋਇਆ ਜੀ। ਕੋਈ ਇੱਥੇ ਕੋਈ ਕਿਸੇ ਨੂੰ ਮਜ਼੍ਹਬੀ ਸਿੰਘ ਨਹੀਂ ਸਮਝਦਾ, ਕੋਈ ਨਹੀਂ ਇੱਕੋ ਹੀ ਇੱਕ ਹੀ ਸਮਝਦਾ, ਕੋਈ ਵੀ ਭਲਾ ਜਾਤ ਦਾ ਬੰਦਾ, ਪਰ ਸਮਝਿਆ ਨਹੀਂ ਗਿਆ ਜਾਤ ਇੱਥੇ। ਠੀਕ ਹੈ, ਵਾਹਿਗੁਰੂ ਦੀ ਕਿਰਪਾ ਹੈ ਤੇ ਬਹੁਤ ਵਧੀਆ ਉਪਰਾਲੇ ਨਾਲ ਚੱਲ ਰਿਹਾ ਗੁਰੂ ਘਰ, ਸਾਰੇ ਨਗਰ ਦਾ ਸਹਿਯੋਗ ਹੈ। ਬਾਬਾ ਜੀ ਜਦੋਂ ਬਾਬਾ ਜਗਵੀਰ ਸਿੰਘ ਜੀ ਖਾਲਸਾ ਬੱਚਿਆਂ ਨੂੰ ਸਿਖਲਾਈ ਦਿੰਦੇ ਗੱਤਕੇ ਦੀ, ਫਿਰ ਕਮੇਟੀ ਦਾ ਕੀ ਸਹਿਯੋਗ ਰਹਿੰਦਾ? ਕਮੇਟੀ ਦਾ ਜੀ ਪੂਰਾ ਸਹਿਯੋਗ ਹੈ, ਨਗਰ ਦਾ ਵੀ ਸਹਿਯੋਗ ਹੈ, ਨਗਰ ਦੇ ਸਹਿਯੋਗ ਨਾਲ ਕਮੇਟੀ ਚੱਲਦੀ ਹੈ ਜੀ। ਇਕੱਲੀ ਕਮੇਟੀ ਤੋਂ ਵੀ ਨਹੀਂ ਕੁਛ ਹੁੰਦਾ, ਜੇ ਅਸੀਂ ਆਖੀਏ ਵੀ ਕਮੇਟੀ ਚਲਾਊਗੀ ਜੀ, ਇਹ ਨਗਰ ਦਿੰਦਾ ਸਹਿਯੋਗ ਸਾਰਾ ਆਏ ਸਾਲ ਜੀ। ਬੱਚਿਆਂ ਨੂੰ ਵੀ ਉਹ ਵੀ ਕਹਿੰਦੇ ਸਿਖਾਓ ਵੱਧ ਤੋਂ ਵੱਧ, ਤੇ ਨਗਰ ਕੀਰਤਨ ਵੀ ਹੁਣ ਸਾਡੇ ਆਪਣੇ ਨਗਰ ਚ ਹੁੰਦਾ ਹੈ ਜੀ। ਇਹ ਹਰ ਸਾਲ ਕਰਾਉਣੇ ਜੀ? ਫਿਰ ਬਹੁਤ ਵਧੀਆ ਜੀ, ਹਰ ਸਾਲ ਸਾਰਾ ਨਗਰ ਹੁੰਦਾ ਜੁੜਿਆ ਜੀ, ਘੱਟੋ ਘੱਟ 10-15 ਹਜ਼ਾਰ ਬੰਦੇ ਦੇ ਲੇਵੇ ਹੋ ਜਾਂਦਾ, ਪਿੰਡਾਂ ਨੇੜਿਆਂ ਚੋਂ ਵੀ ਆਉਂਦੇ ਇੱਥੇ ਜੀ, ਕਿਉਂ ਆਪਣੇ ਨਗਰ ਆ ਵੱਡਾ। ਇਹ ਫਿਰ ਪਹਿਲੀ ਪਾਤਸ਼ਾਹੀ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਦਾ ਤੁਸੀਂ ਨਗਰ? ਹਾਂਜੀ ਹਾਂਜੀ, ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦੇ ਦਾ 10-11 ਮਹੀਨੇ ਚ ਹੁੰਦਾ ਜਿਹੜਾ ਜੀ। ਹਾਂਜੀ ਹਾਂਜੀ, ਜਿਹੜਾ ਹੁਣ ਆਉਣ ਵੇਲੇ ਹੁਣ ਵੀ ਮਨਾਉਂਦੇ ਜੀ? ਹਾਂਜੀ ਹਾਂਜੀ, ਧੂਮ ਧਾਮ ਨਾਲ ਮਨਾਵਾਂਗੇ। ਠੀਕ ਆ ਬਾਬਾ ਜੀ, ਬਾਬਾ ਜੀ ਨੇ ਗੱਲ ਕਰੀ ਸੀ, ਬਾਬਾ ਜਗਵੀਰ ਸਿੰਘ ਖਾਲਸਾ ਨੇ ਦੱਸਿਆ ਸਾਨੂੰ ਵੀ ਗੁਰੂ ਘਰ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ, ਉਹ ਫਿਰ ਕਿਹੜੇ ਬਾਬਾ ਜੀ ਦੇ ਮੰਨ ਲਓ ਰਹਿਣ ਮਹੇਟ ਚੱਲੀ ਜਾਂਦੀ ਹੈ? ਉਹ ਬਾਬਾ ਲਾਲ ਸਿੰਘ ਸੀ ਅਨੰਦਪੁਰ ਸਾਹਿਬ ਵਾਲੇ। ਠੀਕ ਹੈ ਜੀ, ਉਹਨਾਂ ਨੇ ਕਿਰਪਾ ਹੋਈ ਫਿਰ ਨਾਲ ਨਗਰ ਜੁੜਿਆ ਜੀ, ਤੇ ਦਰਬਾਰ ਸਾਹਿਬ ਵੀ ਬਹੁਤ ਸੋਹਣਾ ਬਣ ਚੁੱਕਿਆ, ਲੰਗਰ ਹਾਲ ਦੀ ਵੀ ਸੇਵਾ ਚੱਲ ਰਹੀ ਹੈ ਜੀ, ਤੇ ਹੋਰ ਵੀ ਸੇਵਾ ਚੱਲ ਰਹੀ ਹੈ ਗੁਰੂ ਘਰ ਚ ਵਧੀਆ। ਫਿਰ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਹੀ ਹੋਣ ਦੇ ਨਾਲ ਨਾਲ ਬਾਬਾ ਲਾਲ ਸਿੰਘ ਦਾ ਧੰਨਵਾਦ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਵੀ ਜਿਨ੍ਹਾਂ ਨੇ ਆਪਣੇ ਨਗਰ ਤੇ ਇਹਦੀ ਕਿਰਪਾ ਕਰੀ, ਬਹੁਤ ਕਿਰਪਾ ਕਰੀ ਸਾਹਿਬ ਤਾਂ ਆਪਣੇ ਨਗਰ ਨੂੰ ਉਹਨਾਂ ਨੇ ਲੜ ਲਾਇਆ ਸਾਰੇ ਗੁਰੂ ਦੇ ਨਾਲ ਜੀ, ਤੇ ਹੁਣ ਨਗਰ ਆਪ ਦੀ ਆਪ ਚੱਲ ਪਿਆ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ, ਗ੍ਰੰਥ ਸਾਹਿਬ ਦੇ ਨਾਲ ਜੀ। ਤੇ ਬੜੀ ਤੇ ਬਾਬਾ ਸਪੈਸ਼ਲ ਕੀ ਕਹਿਣਾ ਚਾਹੁੰਦੇ ਹੋ, ਮੰਨ ਕੇ ਚੱਲੋ ਵੀ ਕੀ ਮੰਗ ਕਰਦੇ ਹੋ ਬਾਹਰੋਂ, NRE 20 ਰੁਪਏ ਬੱਚੇ ਬਹੁਤ ਗਏ ਬਾਹਰ, ਜਾਂ ਹੋਰ ਪਿੰਡ ਦੇ ਸਹਿਯੋਗੀ ਸੱਜਣਾ ਜਿਹੜੇ, ਉਹਨਾਂ ਨੂੰ ਕੀ ਸਹਿਯੋਗ ਮੰਗਦੇ ਹੋ ਉਹਨਾਂ ਤੋਂ? ਅਸੀਂ ਜਿਹੜੇ ਬੱਚੇ ਬਾਹਰ ਗਏ ਆਪਣੇ ਨਗਰ ਚੋਂ ਵੀ ਗਏ ਜਾਂ ਕਿਸੇ ਪਾਸੇ ਹੋਰ ਵੀ ਗਏ ਵਿਚਾਰੇ, ਹਾਂਜੀ, ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਗੁਰੂ ਘਰ ਦਾ ਹਜੇ ਮੇਨ ਕੰਮ ਜਿਵੇਂ ਛਾਪੜ ਵਾਲੀ ਕੰਧ ਵੀ ਪਈ ਹੈ, ਹੋਰ ਵੀ ਸੇਵਾ ਪਈਆਂ ਵੀ ਜ਼ਰੂਰ ਟੇਲ ਲਾਉਣ ਵਾਲੀ ਪਈ, ਆਪਣੇ ਪੱਥਰ ਵੀ ਲੱਗਣ ਵਾਲਾ ਪਿਆ ਜੀ, ਵੀ ਜਿੰਨਾ ਵੀ ਹੋ ਸਕਦਾ ਉਹਨਾਂ ਤੋਂ ਜ਼ਰੂਰ ਸੰਬੰਧ ਕੱਢਣ, ਆਪਦੇ ਸੰਬੰਧ ਚੋਂ ਬਾਹਰਲੇ ਸੰਬੰਧ ਕੱਢਣ ਤੇ ਮੰਨ ਲਓ ਗੁਰੂ ਘਰ ਨੂੰ ਸੇਵਾ ਦੇਣਾ, ਗੁਰੂ ਘਰ ਨੂੰ ਸੇਵਾ ਭੇਜਣ ਜ਼ਰੂਰ ਆ, ਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਵੀ ਚੱਲ ਸਕਦਾ ਹੈ, ਫੇਰ ਹੀ ਕਾਰਜ ਪੂਰਾ ਹੋਊਗਾ ਜੀ ਗੁਰੂ ਘਰ ਦਾ। ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਧਰਮ ਸਿੰਘ ਜੀ ਖਾਲਸਾ ਮੌਜੂਦ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਾਬਾ ਜੀ ਵਾਹਿਗੁਰੂ ਜੀ ਖਾਲਸਾ। ਹੋਰ ਜੀ ਠੀਕ ਹੋ? ਵਧੀਆ ਚੜ੍ਹਦੀ ਕਲਾ ਜੀ, ਚਲੋ ਸ਼ੁਕਰ ਆ ਜੀ ਪਰਮਾਤਮਾ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਨਗਰ ਨੂੰ, ਨਗਰ ਬਾਰੇ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਬਾਰੇ, ਜੋ ਬਾਬਾ ਜੀ ਬਾਬਾ ਜਗਵੀਰ ਸਿੰਘ ਜੀ ਖਾਲਸਾ ਬੱਚਿਆਂ ਨੂੰ ਗੱਤਕਾ ਸਿਖਲਾਈ ਦੇ ਰਹੇ ਆ, ਉਹਨਾਂ ਬਾਰੇ ਕੀ ਖਿਆਲ ਆ ਜੀ, ਕੀ ਕਹਿਣਾ ਚਾਹੁੰਦੇ ਜੀ? ਬਹੁਤ ਬਹੁਤ ਧੰਨਵਾਦ ਜੀ ਨਗਰ ਦਾ ਅਤੇ ਬਾਬਾ ਜਗਵੀਰ ਸਿੰਘ ਜੋ ਕਿ ਬੜੇ ਲੰਮੇ ਸਮੇਂ ਤੋਂ ਜੀ ਗੱਤਕੇ ਦੀ ਸੇਵਾ ਨਿਭਾ ਰਹੇ, ਬੱਚਿਆਂ ਨੂੰ ਬੜਾ ਪ੍ਰੇਰਿਤ ਕਰ ਰਹੇ ਨੇ ਜੀ, ਇਹਨਾਂ ਦਾ ਵੀ ਬਹੁਤ ਧੰਨਵਾਦ। ਨਾਲ ਨਗਰ ਕਪੂਰ ਕਮੇਟੀ ਆ, ਜਿੰਨੀ ਵੀ ਨਗਰ ਦੀ ਕਮੇਟੀ ਹੈ ਜੀ, ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ, ਨਾਲ ਕਿ ਬਾਬਾ ਲਾਭ ਸਿੰਘ ਜੀ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਨਗਰ ਵਿੱਚ ਕਾਰ ਸੇਵਾਲਿਆਂ ਦਾ ਜੀ, ਕਿਉਂਕਿ ਉਹਨਾਂ ਦੇ 20-25 ਸਾਲਾਂ ਤੋਂ ਲੈ ਕੇ ਸੇਵਾ ਨਿਭਾ ਰਹੇ ਜਿਹੜੇ NR ਵੀਰ ਹੈ, ਜਸਵੰਤ ਸਿੰਘ
ਉਹਨਾਂ ਵੀ ਬੜਾ ਸੰਯੋਗ ਹੈ, ਸਾਰੇ ਹੀ ਨਗਰ ਦਾ ਬਹੁਤ ਸੰਯੋਗ ਹੈ, ਜੋ ਕਿ ਗੁਰਦੁਆਰਾ ਦੀ ਕਮੇਟੀ ਬੜੀ ਪ੍ਰਬੰਧ ਵਧੀਆ ਚੱਲ ਰਿਹਾ ਜੀ। ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਾਰਾ ਜੋ ਪ੍ਰੋਗਰਾਮ ਹੈ ਸਾਰਾ ਉਸ ਨਗਰ ਦੀ ਸਹਿਯੋਗ ਦੇ ਨਾਲ ਹੀ ਚੱਲ ਰਿਹਾ। ਇਹ ਸਾਰੀਆਂ ਸੰਗਤਾਂ ਦਾ, ਮੈਂ ਬਾਬਾ ਜਗਵੀਰ ਸਿੰਘ ਸਮੂਹ ਕਮੇਟੀ ਦਾ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਧੰਨਵਾਦ, ਕਿਉਂਕਿ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਹ ਬੜੀ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਛਤਰਤਾ ਹੇਠ ਚੱਲ ਰਹੀ ਹੈ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ। ਇਹੀ ਮੈਂ ਬੇਨਤੀ ਕਰੂੰਗਾ ਸਾਰੇ ਨਗਰ ਨੂੰ, ਨੌਜਵਾਨਾਂ ਵੀਰਾਂ ਨੂੰ, ਕਿ ਨਸ਼ਿਆਂ ਤੋਂ ਤਿਆਗ ਕਰਕੇ ਗੁਰੂ ਦੇ ਚਰਣਾਂ ਵਿੱਚ ਆਓ। ਇਹ ਸਾਰਿਆਂ ਨੂੰ ਬੇਨਤੀ ਹੈ ਮੇਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਜੋ GFI ਵੱਲੋਂ ਨੈਸ਼ਨਲ ਗੱਤਕ ਚੈਂਪੀਅਨਸ਼ਿਪ ਕਰਵਾਈ ਗਈ ਸੀ, ਉਸ ਵਿੱਚ ਆ ਬੇਟੀ ਖੜੀ ਹੈ ਕਮਲਪ੍ਰੀਤ ਕੌਰ, ਇਸ ਨੇ ਫਸਟ ਪੁਜੀਸ਼ਨ ਹਾਸਲ ਕਰੀ ਸੀ ਅਤੇ ਗੋਲਡ ਮੈਡਲ ਜਿੱਤਿਆ ਸੀ। ਹੁਣ ਬਾਬਾ ਜਗਵੀਰ ਸਿੰਘ ਜੀ ਖਾਲਸਾ ਅਤੇ ਸਮੂਹ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਬੇਟੀ ਨੂੰ ਸਨਮਾਨ ਦੇ ਰਹੇ, ਸਰੂਪੋ ਦੇ ਕੇ ਸਨਮਾਨ ਕਰ ਰਹੇ ਨੇ ਜੀ। ਗੁਰੂ ਜੀ ਬੋਲੇ ਸੋਨਿਆ।